ਸਾਨੂੰ ਦੱਸ ਸਕਦੇ ਨੇ ਵੀ ਤੁਹਾਡਾ ਆਪਰੇਸ਼ਨ ਕਿਹੜੇ ਹੋਸਪਿਟਲ ਜਾਏਗਾ? ਇੱਥੇ ਸਿਮਲ 'ਚ ਮਲੋਟ ਆਏ ਅਤੇ ਦੱਸ ਸਾਨੂੰ ਕਹਿੰਦਾ ਵੀ ਬਠਿੰਡੇ ਹੋਏਗਾ ਤੁਹਾਡਾ ਆਪਰੇਸ਼ਨ ਸਿਮਲ 'ਚ। ਸਾਨੂੰ ਉੱਥੇ ਲੈ ਗਏ, ਇਹਦਾ ਆਪਦਾ ਪ੍ਰਾਈਵੇਟ ਹੋਸਪਿਟਲ ਸੀ ਜੋੜਾ ਹੋਸਪਿਟਲ ਮਾਰ ਰੋਡ 'ਤੇ। ਸਾਨੂੰ ਕਹਿੰਦਾ ਆਪਰੇਸ਼ਨ ਤੁਹਾਡਾ ਇੱਥੇ ਹੋਏਗਾ। ਸਾਨੂੰ ਉੱਥੋਂ ਸਿਮਲ 'ਚ ਕਹਿ ਕੇ ਅਤੇ ਪ੍ਰਾਈਵੇਟ 'ਚ ਹੋਸਪਿਟਲ ਦਿੱਤਾ ਜੀ। 25,000 ਰੁਪਇਆ ਕਹਿੰਦਾ ਤੁਹਾਡਾ ਖਰਚਾ ਆਏਗਾ। ਅਸੀਂ ਵੀ ਗਰੀਬ ਬੰਦੇ, ਮੈਂ ਹਰ ਤਰ ਕੇ 25,000 ਰੁਪਈਆ ਦਾ ਇੰਤਜ਼ਾਮ ਕੀਤਾ। ਚਾਰ ਬੱਚੇ ਮੇਰੇ ਛੋਟੇ ਛੋਟੇ, 10 ਮਹੀਨੇ ਹੋ ਗਏ ਮੈਨੂੰ ਮੰਜੇ 'ਤੇ ਪੈਣ, ਬਹੁਤ ਕਰਦਾ ਬੁਰਾ ਹਾਲ ਹੈ। ਹੁਣ ਦੁਬਾਰਾ ਅਸੀਂ ਐਕਸਰਾ ਕਰਾਇਆ ਅਤੇ ਹੁਣ ਕਹਿੰਦਾ ਦੁਬਾਰਾ ਆਪਰੇਸ਼ਨ ਹੋਏਗਾ। ਕੀ ਹੋਇਆ, ਕੀ ਹੁਣ ਕੀ ਹੋਇਆ? ਹੁਣ ਕਹਿੰਦਾ ਉਹ ਆਪਰੇਸ਼ਨ ਸਹੀ ਨਹੀਂ ਹੋਇਆ, ਇਨਫੈਕਸ਼ਨ ਹੋ ਗਈ, ਉਹ ਹੋ ਗਿਆ ਹੋ ਗਿਆ ਜੀ। ਅਸੀਂ ਮੈਂ ਬਹੁਤ ਪਰਹੇਜ਼ ਕੀਤਾ ਜੀ, ਬਹੁਤ ਜ਼ਿਆਦਾ ਪਰਹੇਜ਼ ਕੀਤਾ। ਰੇੜੇ ਵਾਲਾ ਮੇਰਾ ਮੰਜਾ, ਮੈਂ ਰੇੜੇ ਵਾਲੇ ਮੰਜੇ 'ਚ ਰਿਹਾ 10 ਮਹੀਨੇ, ਉਹਦੇ 'ਤੇ ਨਾ ਆਇਆ, ਉਹਦੇ 'ਚ ਰਹਿੰਦਾ ਮੈਂ ਵੀ। ਮੈਂ ਆਪਦਾ ਬਹੁਤ ਪਰਹੇਜ਼ ਕੀਤਾ, ਕੋਈ ਮੇਰੇ ਵੱਲੋਂ ਕਮੀ ਨਾ ਰਹਿ ਜੇ। ਹੁਣ ਕਹਿੰਦੇ ਦੁਬਾਰਾ ਆਪਰੇਸ਼ਨ ਕਰੋ, 25,000 ਰੁਪਇਆ ਹੋਰ। ਜਿਹੜਾ ਤੁਹਾਨੂੰ ਕੋਈ ਉੱਥੋਂ ਦਾ ਜਿਹੜਾ ਆਪਰੇਸ਼ਨ ਕੀਤਾ ਉਹਦਾ ਕੋਈ ਬਿੱਲ ਵਗੈਰਾ? ਨਹੀਂ, ਕੋਈ ਕੁਛ ਨਹੀਂ ਬਿੱਲ ਦਿੱਤਾ ਜੀ, ਨਾ ਕੋਈ ਬਿੱਲ ਦਿੱਤਾ। ਜਿੱਦਣ ਮੇਰਾ ਆਪਰੇਸ਼ਨ ਕੀਤਾ 352 ਸ਼ੂਗਰ ਸੀ ਮੈਨੂੰ ਪਹਿਲੇ ਦਿਨ। ਇਹਨਾਂ ਟੈਸਟ ਕੀਤਾ, ਕਹਿੰਦੇ ਥੋੜ੍ਹੇ ਦਿਨ ਸ਼ੂਗਰ ਹੈ, ਮੈਂ ਜੀ ਮੈਨੂੰ ਤਾਂ ਪਤਾ ਨਹੀਂ। ਕਹਿੰਦੇ 352 ਸ਼ੂਗਰ ਹੈ। ਉਸ ਦਿਨ ਹੀ ਮੇਰਾ ਆਪਰੇਸ਼ਨ ਕਰਤਾ, 11 ਤਰੀਕ ਨੂੰ, ਇਹਨਾਂ 4ਵੇਂ ਮਹੀਨੇ। ਬਠਿੰਡੇ ਕਿਹੜਾ ਹਸਪਤਾਲ, ਨਾਂ ਕੀ ਹੈ? ਜੋੜਾ ਹੋਸਪਿਟਲ। ਉੱਥੇ ਆਪਰੇਸ਼ਨ ਕੀਤਾ ਕਿਸੇ ਹੋਰ ਡਾਕਟਰ ਨੇ ਕੀਤਾ ਜਾਂ ਇਹਨੇ ਕੀਤਾ? ਇਹਨੇ ਆਪ ਕੀਤਾ ਜੀ, ਜਿਹੜਾ ਇੱਥੇ ਸਰਕਾਰੀ ਡਾਕਟਰ। ਹਾਂਜੀ, ਬੁਰਲਾ ਜੋੜਾ। ਹਾਂਜੀ ਹਾਂਜੀ। ਅਤੇ ਕਿੰਨੇ ਪੈਸੇ ਲਏ ਤੁਹਾਡੇ ਤੋਂ? 25,000 ਰੁਪਏ। ਚਲੋ, ਜਿਹੜੀ ਕੋਈ ਫਾਈਲ ਤੁਹਾਨੂੰ ਇੱਥੇ ਬਣਾਈ ਸੀ ਉਹੀ ਹੈ ਕਿ ਉੱਥੇ ਹੋਰ ਕੋਈ ਤਿਆਰ? ਨਹੀਂ, ਉਹੀ ਫਾਈਲ ਹੈ ਜੀ ਜਿਹੜੀ ਉੱਥੋਂ ਬਣਾ ਕੇ ਦਿੱਤੀ ਹੈ। ਉੱਥੇ ਕੋਈ ਸਾਨੂੰ ਫਾਈਲ ਨਹੀਂ ਦਿੱਤੀ, ਕੋਈ ਸਾਨੂੰ ਬਿੱਲ ਨਹੀਂ ਦਿੱਤਾ। ਪਹਿਲੇ ਦਿਨ ਅਸੀਂ 2,500 ਰੁਪਇਆ ਜਮ੍ਹਾਂ ਕਰਾਇਆ, ਉਹਦਾ ਕੋਈ ਸਾਨੂੰ ਬਿੱਲ ਨਹੀਂ ਦਿੱਤਾ। ਫਿਰ ਅਸੀਂ ਦੂਜੇ ਨੂੰ 10,000 ਰੁਪਇਆ ਦਿੱਤਾ, ਉਹਦਾ ਕੋਈ ਸਾਨੂੰ ਬਿੱਲ ਨਹੀਂ ਦਿੱਤਾ। ਹੁਣ ਤੁਹਾਡੀ ਗੱਲ ਹੋਈ ਹੈ, ਕੀ ਕਹਿੰਦਾ? ਹੁਣ ਕਹਿੰਦਾ ਦੁਬਾਰਾ ਆਪਰੇਸ਼ਨ ਹੋਏਗਾ ਜੀ। ਕਿੱਥੋਂ ਹੋਊਗਾ? ਉਹ ਕਹਿੰਦਾ ਮੈਂ ਹੀ ਕਰੂੰਗਾ ਦੁਬਾਰਾ ਆਪਰੇਸ਼ਨ, ਪਰ ਕੋਈ ਗਰੰਟੀ ਨਹੀਂ। ਜਦੋਂ ਇੱਥੋਂ ਹਸਪਤਾਲ 'ਚ ਤੁਹਾਨੂੰ ਸ਼ਿਫਟ ਕੀਤਾ, ਹਾਂਜੀ, ਕੀ ਕਿਹਾ ਗਿਆ ਸੀ ਵੀ ਇੱਥੇ ਕਿਉਂ ਨਹੀਂ ਹੋ ਸਕਦਾ ਆਪਰੇਸ਼ਨ? ਇੱਥੋਂ ਦਾ ਕਿਹਾ ਸੀ, ਕਹਿੰਦਾ ਮਲੋਟ ਲਿਓ, ਮੇਰਾ ਭਾਣਜਾ ਆਏ ਐਕਸਰੇ ਲੈ ਕੇ, ਕਹਿੰਦਾ ਮਰੀਜ਼ ਨੂੰ ਮਲੋਟ ਲਿਓ, ਇੱਥੇ ਆਪਰੇਸ਼ਨ ਕਰਾਂਗੇ। ਠੀਕ ਹੈ। ਜਦੋਂ ਅਸੀਂ ਇੱਥੇ ਆ ਗਏ ਤਾਂ ਕਹਿੰਦਾ ਹੁਣ ਆਪਰੇਸ਼ਨ ਬਠਿੰਡੇ ਹੋਏਗਾ ਜੀ। ਇੱਥੇ ਤੁਸੀਂ ਪੁੱਛਿਆ ਨੇ ਵੀ ਕਿਉਂ ਇੱਥੇ ਕਿਉਂ ਨਹੀਂ ਹੋ ਰਿਹਾ? ਕਹਿੰਦਾ ਇੱਥੇ ਦੂਰਬੀਨ ਹੈ ਨਹੀਂ ਗੀ, ਦੂਰਬੀਨ ਦਾ ਹੀ ਆਪਰੇਸ਼ਨ ਹੋਏਗਾ ਜੀ। ਇੱਥੇ ਮੇਰੇ ਕੋਲ ਕੁਝ ਗਾਰਡ ਮਸ਼ੀਨ ਵਗੈਰਾ ਕੁਛ ਨਹੀਂ ਹੈਗਾ। ਠੀਕ ਹੈ। ਉੱਥੇ ਸਿਮਲ 'ਚ ਹੋਏਗਾ, ਸਿਮਲ ਦੇ ਲਲਚੇ 'ਚ ਅਸੀਂ ਉੱਥੇ ਚਲੇ ਗਏ ਜੀ। ਲੈ ਗਿਆ ਆਪਦੇ ਪ੍ਰਾਈਵੇਟ? ਹਾਂ, ਪ੍ਰਾਈਵੇਟ ਮਾਰ ਰੋਡ 'ਤੇ ਜੋੜਾ ਹੋਸਪਿਟਲ ਹੈ, ਉੱਥੇ ਜਾ ਕੇ ਅਸੀਂ ਗਿਆ। ਮੇਰੇ ਭਾਣਜੇ ਨੇ, ਡਾਕਟਰ ਸਾਹਿਬ, ਇਹ ਤਾਂ ਪ੍ਰਾਈਵੇਟ ਹਸਪਤਾਲ ਹੈ, ਕਹਿੰਦਾ ਮੇਰਾ ਆਪਦਾ ਇੱਥੇ ਆਪਰੇਸ਼ਨ ਹੋਏਗਾ। ਜਿੱਥੋਂ ਮਰਜ਼ੀ ਟਰਾਈ ਲੈ ਲਓ, 25-30,000 ਤੋਂ ਘੱਟ ਕਿਤੋਂ ਵੀ ਖਰਚਾ ਨਹੀਂ ਹੋਣਾ। ਹੁਣ ਤੁਹਾਨੂੰ ਕੀ ਸਮੱਸਿਆ ਕੀ ਹੈਗੀ? ਹੁਣ ਜੇ ਮੇਰੀ ਲੱਤ ਜਮਾਂ ਹੀ ਨਹੀਂ ਪਾਰ ਚੱਲ, ਜਮਾਂ ਹੀ ਨਹੀਂ। ਹਾਂਜੀ।